ਤੁਸੀਂ ਯੂਐਸਏ ਐਕਚੁਅਲ ਦੇ ਵਿੱਚ ਪੜ੍ਹਨ ਜਾ ਰਹੇ ਹੋ ਜਾਂ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਦਾ ਆਪਣਾ ਇੱਕ ਖੁਆਬ ਲੈ ਕੇ ਜਾ ਰਹੇ ਹੋ? ਜੇ ਪੀਅਰ ਤੁਹਾਡਾ ਪ੍ਰਾਇਮਰੀ ਗੋਲ ਹੈ ਤੇ ਯੂਐਸਏ ਨੇ ਉਹ ਤੁਹਾਡਾ ਗੋਲ ਨਹੀਂ ਪੂਰਾ ਕਰਨਾ। ਭਾਜੀ ਅੱਜ ਮਾਰਕੀਟ ਦੇ ਵਿੱਚ ਹਰ ਇੱਕ ਏਜੰਟ ਯੂਐਸਏ ਦੀ ਐਡ ਕਰ ਰਿਹਾ, ਯੂਐਸ ਨੂੰ ਇੱਕ ਗੋਲਡਨ ਪ੍ਰੋਡਕਟ ਦੀ ਤਰ੍ਹਾਂ ਲੈ ਰਿਹਾ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਚੀਜ਼ ਵੇਚਣੀ ਬਹੁਤ ਸੌਖੀ ਹੈ ਉਹ ਗੋਲਡਨ ਪ੍ਰੋਡਕਟ ਬਣ ਜਾਂਦਾ ਹੈ। ਯੂਐਸਏ ਦੇ ਵਿੱਚ ਕੀ ਚਾਹੀਦਾ ਤੁਹਾਨੂੰ? I-20 ਚਾਹੀਦੀ, ਉਹਦੇ ਬੇਸਿਸ ਤੇ ਇੱਕ ਵੀਜ਼ਾ ਅਪਲਾਈ ਹੁੰਦਾ। ਇੰਟਰਵਿਊ ਤੇ ਬੱਚੇ ਨੇ ਹੀ ਅਟੈਂਡ ਕਰਨੀ, ਅਸੀਂ ਇੰਟਰਵਿਊ ਦੀ ਤਿਆਰੀ ਕਰਾਤੀ, ਇਹ ਕਰਾਤਾ, ਉਹ ਕਰਾਤਾ, ਕਈ ਵਾਰ ਤੇ ਇੰਟਰਵਿਊ ਚੱਲਦੀ ਹੀ 2 ਜਾਂ 3 ਮਿੰਟ ਹੈ। ਬਟ ਐਂਡ ਆਫ ਦਾ ਡੇ ਤੁਸੀਂ ਇਹ ਦੇਖੋ, ਤੁਸੀਂ ਯੂਐਸਏ ਐਕਚੁਅਲ ਦੇ ਵਿੱਚ ਪੜ੍ਹਨ ਜਾ ਰਹੇ ਹੋ ਜਾਂ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਦਾ ਆਪਣਾ ਇੱਕ ਖੁਆਬ ਲੈ ਕੇ ਜਾ ਰਹੇ ਹੋ। ਜੇ ਪੀਅਰ ਤੁਹਾਡਾ ਪ੍ਰਾਇਮਰੀ ਗੋਲ ਹੈ ਤੇ ਯੂਐਸਏ ਨੇ ਉਹ ਤੁਹਾਡਾ ਗੋਲ ਨਹੀਂ ਪੂਰਾ ਕਰਨਾ, ਦੈਨ ਕੈਨੇਡਾ ਔਰ ਆਸਟ੍ਰੇਲੀਆ ਉਦਾਂ ਦੀ ਕੰਟਰੀਜ਼ ਹੈ ਜਿੱਥੇ ਪਰਮਾਨੈਂਟ ਰੈਜ਼ੀਡੈਂਸੀ ਦਾ ਪਾਥਵੇ ਹੈ। ਇੱਕ ਸਟੂਡੈਂਟ 20 ਲੱਖ ਤੋਂ ਲੈ ਕੇ 30 ਲੱਖ ਖਰਚਦਾ ਜਸਟ ਫੋਰ ਦ ਸੇਕ ਆਫ ਇੰਟਰਨੈਸ਼ਨਲ ਐਜੂਕੇਸ਼ਨ? ਨੋ, ਦੈਟ ਇਜ਼ ਨਾਟ ਰਾਈਟ। ਉਹਦੇ ਲਈ ਤੁਸੀਂ ਇੰਡੀਆ ਦੀ ਯੂਨੀਵਰਸਿਟੀਜ਼ ਹੈ, ਸਮ ਆਫ ਦ ਵਰਲਡਸ ਟੌਪ ਕਲਾਸ ਯੂਨੀਵਰਸਿਟੀਜ਼ ਆਰ ਇਨ ਇੰਡੀਆ, ਫਿਰ ਤੁਸੀਂ ਇੰਡੀਆ ਕਿਉਂ ਨਹੀਂ ਪੜ੍ਹ ਲੈਂਦੇ? ਜਿੰਨਾ ਹੀ ਪੜ੍ਹਨ ਦਾ ਸ਼ੌਕ ਹੈ, ਬਟ ਪੜ੍ਹਨਾ ਮੋਟਿਵ ਨਹੀਂ ਹੈ ਸਾਡੇ ਲੋਕਾਂ ਦੇ। ਦੇ ਆਰ ਲੁਕਿੰਗ ਫੋਰ ਅ ਬੈਟਰ ਲਾਈਫ, ਦੇ ਆਰ ਲੁਕਿੰਗ ਫੋਰ ਅ ਪਰਮਾਨੈਂਟ ਰੈਜ਼ੀਡੈਂਸੀ। ਤੇ ਜੇ ਪਰਮਾਨੈਂਟ ਰੈਜ਼ੀਡੈਂਸੀ ਤੁਹਾਡਾ ਗੋਲ ਹੈ, ਕੈਨੇਡਾ ਐਂਡ ਆਸਟ੍ਰੇਲੀਆ ਆਰ ਯੋਰ ਡੈਸਟੀਨੇਸ਼ਨ, ਯੂਐਸਏ ਜਾਓਗੇ, ਸਾਲ ਕੁ ਨੂੰ, 1.5 ਸਾਲ ਨੂੰ ਅਸਾਈਲਮ ਪਾਓਗੇ, ਵਾਪਸ ਆਉਣ ਜੋਗੇ ਵੀ ਨਹੀਂ ਰਹੋਗੇ ਅਗਲੇ 10 ਸਾਲ। ਤੁਹਾਡਾ ਫਿਊਚਰ ਖਰਾਬ ਕਰਦਾ, ਤੁਹਾਡੀ ਫੈਮਿਲੀ ਤੋਂ ਦੂਰ ਕਰਦਾ। ਚਾਹੇ 4 ਪੈਸੇ ਕਮਾ ਲਉਂਗੇ, ਬਟ ਇਟ ਇਜ਼ ਨਾਟ ਗੋਇੰਗ ਟੂ ਬੀ ਐਨ ਈਜ਼ੀ ਪਾਥਵੇ ਫੋਰ ਯੂ।